ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਸਰਬਜੀਤ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਕਿਤਾਬਾਂ ਦੇ ਪੰਨੇ ਅੱਜ ਤੁਸੀਂ ਸੁਣੋਗੇ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਰਸੀ ਦੀ ਟਿਕਟ ਦਾ ਪੰਜੀਵਾ ਪਾਗ ਸਜਾਦ ਹੈਦਰ ਮੇਰੇ ਮਨ ਦੀ ਇਕਲਤਾ ਦਾ ਸਰਾਪ ਇਮਰੋਜ਼ ਨੇ ਤੋੜਿਆ ਹੈ ਪਰ ਉਸ ਦੇ ਮੇਲ ਤੋਂ ਪਹਿਲਾਂ ਇੱਕ ਹੋਰ ਹੁਸੈਨ ਸਬਬ ਮੇਰੇ ਨਾਲ ਵਾਪਰਿਆ ਸੀ ਇੱਕ ਬੜੇ ਹੀ پاک ਦਿਲ ਇਨਸਾਨ ਦੀ ਦੋਸਤੀ ਮੈਨੂੰ ਮਿਲੀ ਸੀ ਸਜਾਦ ਹੈਦਰ ਦੀ ਵਾਕਫੀ ਉਦੋਂ ਹੋਈ ਸੀ ਜਦੋਂ ਅਜੇ ਦੇਸ਼ ਦੀ ਵੰਡ ਨਹੀਂ ਸੀ ਹੋਈ ਆਪਣੇ ਸਮਕਾਲੀਆਂ ਵਿੱਚੋਂ ਕਿਸੇ ਇੱਕ ਨਾਲ ਵੀ ਅਜਹੀ ਮੁਲਾਕਾਤ ਨਹੀਂ ਹੋਈ ਜੋ ਉਲਝਣਾ ਤੇ ਗਲਤ ਫਹਿਮੀਆਂ ਤੋਂ ਸੁਰਖਰੂ ਹੋ ਕੇ ਹੋਈ ਹੋਵੇ ਤਲਖੀਆਂ ਵੰਡ ਦੀਆਂ ਸਭ ਮੁਲਾਕਾਤਾਂ ਵਿੱਚ ਸਿਰਫ ਸਜਾਦ ਦੀ ਅਜਹੀ ਮੁਲਾਕਾਤ ਸੀ ਜੋ ਪਹਿਲੀ ਸੀ ਤੇ ਜਿਹਦੇ ਨਾਲ ਦੋਸਤੀ ਲਫ਼ਜ਼ ਅੱਖਾਂ ਅੱਗੇ ਚिलमिला ਜਾਂਦਾ ਸੀ ਜਦੋਂ ਲਾਹੌਰ ਸਾਂ ਤਾਂ ਅਕਸਰ ਮੁਲਾਕਾਤ ਹੁੰਦੀ ਸੀ ਕਿਸੇ ਮੁਲਾਕਾਤ ਦੇ ਹੋਠਾਂ ਉੱਤੇ ਕੋਈ ਸ਼ੋਖ ਹਰਫ ਨਹੀਂ ਸੀ ਆਇਆ ਉਹ ਮਿਲਣ ਆਉਂਦਾ ਸੀ ਤਾਂ ਇੱਕ ਅਦਬ ਉਹਦੇ ਨਾਲ ਹੀ ਪੌੜੀਆਂ ਚੜਦਾ ਸੀ ਫਿਰ ਬਹੁਤ ਛੇਤੀ ਫਸਾਦ ਸ਼ੁਰੂ ਹੋ ਗਏ ਸਾਰਾ ਸਾਰਾ ਦਿਨ ਕਰਫਿਊ ਲੱਗਾ ਰਹਿੰਦਾ ਪਰ ਕਰਫਿਊ ਖੁੱਲਦਾ ਤਾਂ ਉਹ ਘੜੀ ਪਲ ਲਈ ਜ਼ਰੂਰ ਆਉਂਦਾ ਉਹਨਾਂ ਦਿਨਾਂ ਵਿੱਚ ਹੀ 23 ਅਪ੍ਰੈਲ ਆਇਆ ਇਹ ਮੇਰੀ ਬੱਚੀ ਦਾ ਜਨਮ ਦਿਨ ਸੀ ਪਰ ਸ਼ਹਿਰ ਵਿੱਚ ਲੱਗਦੀਆਂ ਅੱਗਾਂ ਤੇ ਕਤਲੋਖੋਣ ਦੀਆਂ ਹੁੰਦੀਆਂ ਵਾਰਦਾਤਾਂ ਵਿੱਚ ਜਨਮ ਦਿਨ ਮਨਾਉਣ ਦੀ ਹੌਸ਼ ਨਹੀਂ ਸੀ ਸ਼ਾਮ ਨੂੰ ਦਰਵਾਜ਼ਾ ਖੜਕਿਆ ਸੱਜਾਦ ਮੇਰੀ ਬੱਚੀ ਦੇ ਪਹਿਲੇ ਜਨਮ ਦਿਨ ਦਾ ਕੇਕ ਬਣਵਾ ਕੇ ਲਿਆਇਆ ਸੀ ਦਿਸਦੀ ਵੰਡ ਹੋ ਗਈ ਮੈਂ ਡੇਹਰਾ ਧੂਨ ਸਾਂ ਸੱਜਾਦ ਦੇ ਖਤ ਬਰਾਬਰ ਆਉਂਦੇ ਸਨ ਉਹਨਾਂ ਦਿਨਾਂ ਵਿੱਚ ਹੀ ਮੇਰਾ ਪੁੱਤਰ ਹੋਇਆ ਸੀ ਤੇ ਉਹਨਾਂ ਦਿਨਾਂ ਵਿੱਚ ਹੀ ਲਾਹੌਰ ਸੱਜਾਦ ਦੇ ਘਰ ਪੁੱਤਰ ਜੰਮਿਆ ਸੀ ਮੈਂ ਆਪਣੇ ਬੱਚੇ ਦਾ ਨਾਮ ਨਵਰਾਜ ਚੁਣਿਆ ਤਾਂ ਸੱਜਾਦ ਨੇ ਮੇਰੇ ਬੱਚੇ ਦੇ ਨਾਮ ਤੇ ਆਪਣੇ ਬੱਚੇ ਦਾ ਨਾਮ ਨਵੀ ਰੱਖਿਆ ਅਸਾਂ ਤਸਵੀਰਾਂ ਰਾਹੀਂ ਬੱਚਿਆਂ ਨੂੰ ਵੇਖਿਆ ਫਿਰ ਨਵਰਾਜ ਨੂੰ ਬੁਖਾਰ ਆਉਣ ਲੱਗ ਪਿਆ ਕਈ ਦਿਨ ਗੁਜ਼ਰ ਗਏ ਤਾਂ ਘਬਰਾ ਗਈ ਸਾਂ ਸੱਜਾਦ ਦੇ ਖੱਤ ਦਾ ਜਵਾਬ ਦਿੱਤਾ ਤਾਂ ਉਸ ਵਿੱਚ ਨਵਰਾਜ ਦੇ ਬੁਖਾਰ ਦਾ ਵੀ ਜ਼ਿਕਰ ਕਰ ਦਿੱਤਾ ਵਾਪਸੀ ਡਾਕ ਜੋ ਖੱਤ ਆਇਆ ਉਹ ਮੇਰੇ ਜ਼ਿਹਨ ਵਿੱਚ ਅਜੇ ਤੱਕ ਉਕਰਿਆ ਹੋਇਆ ਹੈ ਲਿਖਿਆ ਸੀ ਮੈਂ ਸਾਰੀ ਰਾਤ ਖੁਦਾ ਅੱਗੇ ਦੁਆ ਕਰਦਾ ਰਿਹਾ ਕਿ ਤੇਰਾ ਬੱਚਾ ਰਾਜ਼ੀ ਹੋ ਜਾਵੇ ਪਰ ਵੀ ਕਹਾਵਤ ਹੈ ਕਿ ਜਦੋਂ ਦੁਸ਼ਮਣ ਦੁਆ ਕਰੇ ਤਾਂ ਉਹ ਦੁਆ ਜ਼ਰੂਰ ਕਬੂਲ ਹੁੰਦੀ ਹੈ ਇਸ ਵੇਲੇ ਮੈਂ ਦੁਨੀਆ ਦੀ ਨਜ਼ਰ ਵਿੱਚ ਤੇਰਾ ਦੁਸ਼ਮਣ ਹਾਂ ਉੰਜ ਖੁਦਾ ਨਾ ਕਰੇ ਮੈਂ ਕਦੇ ਵੀ ਤੇਰਾ ਜਾਂ ਤੇਰੇ ਬੱਚੇ ਦਾ ਦੁਸ਼ਮਣ ਹੋਵਾਂ ਅੱਜ ਆਖਾਂ ਵਾਰਸ ਸ਼ਾਹ ਨੂੰ ਨਜ਼ਮ ਤੋਂ ਪਹਿਲਾਂ ਦੇਸ ਦੀ ਵੰਡ ਬਾਰੇ ਇੱਕ ਹੋਰ ਨਜ਼ਮ ਲਿਖੀ ਸੀ ਗਵਾਂਡੀ ਸੁੰਦਰਤਾ ਲਿਖਦਿਆਂ ਹੀ ਸਜਾਦ ਨੂੰ ਭੇਜ ਦਿੱਤੀ ਸੀ ਉਹ ਨਜ਼ਮ ਮੇਰੇ ਕੋਲੋਂ ਪੰਜਾਬੀ ਵਿੱਚ ਗਵਾਚ ਗਈ ਇਸ ਲਈ ਕਦੇ ਮੇਰੀ ਜ਼ੁਬਾਨ ਵਿੱਚ ਛਪੀ ਨਹੀਂ ਪਰ ਸਜਾਦ ਨੇ ਖਤ ਵਿੱਚ ਲਿਖੀ ਨਜ਼ਮ ਦਾ ਅੰਗਰੇਜ਼ੀ ਅਨੁਵਾਦ ਕੀਤਾ ਤੇ ਉਹ ਪਾਕਿਸਤਾਨ ਟਾਈਮਜ਼ ਵਿੱਚ ਛਪੀ ਫਿਰ ਕੁਝ ਵਰਿਆਂ ਪਿੱਛੋਂ ਸ਼ਾਇਰ ਦੀ ਮੁਲਾਕਾਤ ਤੇ ਮੈਂ ਇੱਕ ਨਜ਼ਮ ਲਿਖੀ ਸੱਤ ਵਰੇ ਉਹ ਭਾਵੇਂ ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਨਹੀਂ ਸੀ ਗਿਆ ਗਿਆ ਸੀ ਪਰ ਉੱਥੇ ਰਿਹਾ ਨਹੀਂ ਸੀ ਉਹ ਹਿੰਦੁਸਤਾਨ ਵਿੱਚ ਹੀ ਸੀ ਪਰ ਸੱਤ ਵਰੇ ਉਹਦੇ ਨਾਲ ਮੁਲਾਕਾਤ ਨਹੀਂ ਸੀ ਹੋ ਸਕੀ ਸੱਤਾਂ ਵਰਿਆਂ ਪਿੱਛੋਂ ਮਿਲਿਆ ਤਾਂ ਜਿਹੜੀ ਨਜ਼ਮ ਲਿਖੀ ਉਹ ਛਪੀ ਉਹ ਕਿਸੇ ਤਰ੍ਹਾਂ ਪਾਕਿਸਤਾਨ ਵੀ ਪਹੁੰਚ ਗਈ ਸਜਾਦ ਨੇ ਪੜੀ ਤੇ ਮੈਨੂੰ ਖਤ ਲਿਖਿਆ ਮੈਂ ਤੈਨੂੰ ਮਿਲਣ ਲਈ ਹਿੰਦੁਸਤਾਨ ਆਉਣਾ ਚਾਹੁੰਦਾ ਹਾਂ 15-20 ਦਿਨ ਦੀ ਛੁੱਟੀ ਲੈ ਕੇ ਤੂੰ ਬੜੀ ਉਦਾਸ ਜਾਪਣੀ ਐ ਮੈਂ ਤੇਰੇ ਨਾਲ ਉਹਦੀਆਂ ਗੱਲਾਂ ਕਰਾਂਗਾ ਜਿਹਦੇ ਲਈ ਤੂੰ ਸੱਤ ਵਰੇ ਨਜ਼ਮ ਲਿਖੀ ਐ ਉਹ 18 ਦਿਨ ਦਿੱਲੀ ਆ ਕੇ ਰਿਹਾ ਰਾਤ ਮੈਰੀਨਾ ਹੋਟਲ ਵਿੱਚ ਤੇ ਸਾਰਾ ਦਿਨ ਮੇਰੇ ਕੋਲ ਇਹ ਮੇਰੀ ਜ਼ਿੰਦਗੀ ਵਿੱਚ ਪਹਿਲਾ ਵਕਤ ਸੀ ਮੈਂ ਜਾਣਿਆ ਕਿ ਦੁਨੀਆ ਵਿੱਚ ਮੇਰਾ ਵੀ ਕੋਈ ਦੋਸਤ ਹੈ ਹਰ ਹਾਲ ਵਿੱਚ ਦੋਸਤ ਤੇ ਪਹਿਲੀ ਵਾਰ ਜਾਣਿਆ ਕਿ ਨਜ਼ਮ ਸਿਰਫ ਇਸ਼ਕ ਤੇ ਤੂਫਾਨ ਵਿੱਚੋਂ ਹੀ ਨਹੀਂ ਨਿਕਲਦੀ ਇਹ ਦੋਸਤੀ ਦੀਆਂ ਸ਼ਾਂਤ ਕੂਹਾਂ ਦੇ ਪਾਣੀਆਂ ਵਿੱਚੋਂ ਵੀ ਤਰਦੀ ਆ ਸਕਦੀ ਹੈ ਸੱਜਾਦ ਦੇ ਜਾਣ ਵੇਲੇ ਮੈਂ ਨਜ਼ਮ ਲਿਖੀ ਸਾਨੂੰ ਖੰਭ ਵਿਕੰਦੜੇ ਲੈ ਦੇ ਪਰਦੇਸੀਆ ਜਾ ਰਹਾ ਹੈ ਉਹ ਸਾਡੇ ਕੋਲ ਇੱਕ ਵਾਰ ਲਾਹੌਰ ਕਿਸੇ ਦਾਵਤ ਵਿੱਚ ਸਜਾਦ ਦੇ ਇੱਕ ਦੋਸਤ ਦੀ بیوی ਨੇ ਮਠਿਆਈਆਂ ਵਰਤਾਂਦਿਆਂ ਸਜਾਦ ਨੂੰ ਬਾਰ-ਬਾਰ ਅਮਰਤੀ ਪੇਸ਼ ਕੀਤੀ ਸਜਾਦ ਨੇ ਇੱਕ ਦੋ ਵਾਰਾਂ ਹੱਸ ਛੱਡਿਆ ਪਰ ਫਿਰ سنجیدہ ਹੋ ਕੇ ਆਖਣ ਲੱਗਾ ਭਾਬੀ ਮੈਨੂੰ ਉਹਦੇ ਨਾਂ ਤੇ ਅੱਜ ਮਜ਼ਾਕ ਕੀਤਾ ਹੀ ਫਿਰ ਕਦੇ ਨਾ ਕਰੀ ਤੈਨੂੰ ਪਤਾ ਨਹੀਂ ਕਿ ਮੇਰੀ ਮੁਹੱਬਤ ਵਿੱਚ ਉਹਦੇ ਲਈ ਪ੍ਰਸਤੀਸ਼ਵੀ ਸ਼ਾਮਿਲ ਹੈ ਉਦੀ ਹਸੀਨ ਰੂਹ ਦਾ ਇੱਕ ਹੋਰ ਵਾਕਿਆ ਯਾਦ ਆਇਆ ਹੈ ਅਸੀਂ ਕਨਾਡ ਪਲੇਸ ਤੋਂ ਘਰ ਆਏ ਸਾਂ ਸਕੂਟਰ ਵਿੱਚ ਸਕੂਟਰ ਵਾਲੇ ਨੇ ਕੁਝ ਬਹੁਤ ਹੀ ਪੈਸੇ ਮੰਗੇ ਮੈਂ ਉਹਨੂੰ ਪੈਸਿਆਂ ਬਾਰੇ ਕੁਝ ਕਹਿ ਰਹੀ ਸਾਂ ਕਿ ਸਜਾਦ ਨੇ ਛੇਤੀ ਨਾਲ ਜਿੰਨੇ ਪੈਸੇ ਉਸ ਮੰਗੇ ਸਨ ਉਸ ਨੂੰ ਫੜਾ ਦਿੱਤੇ ਤੇ ਉਹਦੇ ਜਾਣ ਪਿੱਛੋਂ ਮੈਨੂੰ ਕਹਿਣ ਲੱਗਾ ਜਿੰਨੇ ਵੀ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ ਨਾ ਮੈਨੂੰ ਜੱਗਦਾ ਏ ਮੈਂ ਸਾਰਿਆਂ ਦਾ ਕੁਝ ਦੇਣਾ ਹੈ ਕਾਸ਼ ਇਸ ਮਨੁੱਖ ਦੀ ਰੂਹ ਕੋਲੋਂ ਸਾਰੀ ਦੁਨੀਆ ਦੀ ਰਾਜਨੀਤੀ ਜੇ ਬਹੁਤਾ ਨਹੀਂ ਤਾਂ ਭੋਰਾ ਕੋ ਦਿਲ ਹੀ ਮੰਗ ਲੈਂਦੀ ਫਿਰ ਰਾਜਨੀਤੀਆਂ ਦੇ ਕਰਮ ਦੋਹਾਂ ਦੇਸ਼ਾਂ ਵਿੱਚ ਖਤੋ-ਕਿਤਾਬਤ ਬੰਦ ਹੋ ਗਈ ਉਹਨਾਂ ਵਰਿਆਂ ਵਿੱਚ ਮੈਂ ਬੜੀ ਔਖੀ ਹਾਲਤ ਵਿੱਚੋਂ ਲੰਘ ਰਹੀ ਸਾਂ ਬੜੀ ਇਕੱਲੀ ਸਜਾ ਦਾ ਖਤ ਵੀ ਮੇਰੇ ਨਾਲ ਨਹੀਂ ਸੀ ਉਹਨਾਂ ਦਿਨਾਂ ਵਿੱਚ ਹੀ ਕਈ ਮਹੀਨੇ ਇੱਕ ਸਾਈਕੀਟ੍ਰਿਸਟ ਦੇ ਇਲਾਜ ਵਿੱਚ ਰਹੀ ਸਾਂ ਉਹਦੇ ਕਹਨ ਤੇ ਆਪਣੀਆਂ ਸੋਚਾਂ ਤੇ ਸੁਪਨੇ ਜੋ ਉਹਦੇ ਲਈ ਲਿਖੇ ਸਨ ਉਹੀ ਫੇਰ ਕਾਲਾ ਗੁਲਾਬ ਕਿਤਾਬ ਵਿੱਚ ਛਾਪੇ ਫੇਰ 임ਰੋਜ਼ ਮੇਰੀ ਜ਼ਿੰਦਗੀ ਵਿੱਚ ਆਇਆ ਦੋਹਾਂ ਦੇਸਾਂ ਵਿੱਚ ਕੁਝ ਚਿਰ ਲਈ ਖਤੋ ਕਿਤਾਬਤ ਵੀ ਖੁੱਲੀ ਫੇਰ ਮੈਂ ਤੇ 임ਰੋਜ਼ ਨੇ ਸਜਾਦ ਨੂੰ ਖਤ ਲਿਖਿਆ ਜਵਾਬ ਵਿੱਚ ਉਹਦਾ ਜਿਹੜਾ ਖਤ 임ਰੋਜ਼ ਨੂੰ ਆਇਆ ਦੁਨੀਆ ਦੀਆਂ ਸਭ ਤਵਾਰੀਖਾਂ ਉਹਦੇ ਅੱਗੇ ਸਲਾਮ ਕਰ ਸਕਦੀਆਂ ਹਨ ਲਿਖਿਆ ਸੀ ਮੇਰੇ ਦੋਸਤ ਮੈਂ ਤੈਨੂੰ ਵੇਖਿਆ ਨਹੀਂ ਪਰ ਐਮੀ ਦੀਆਂ ਅੱਖਾਂ ਵਿੱਚੋਂ ਵੇਖ ਲਿਆ ਹੈ ਤੇ ਅੱਜ ਦੁਨੀਆ ਦੀ ਤਵਾਰੀਖ ਵਿੱਚ ਜੋ ਨਹੀਂ ਹੋਇਆ ਉਹ ਹੋਇਆ ਹੈ ਮੈਂ ਤੇਰਾ ਰਕੀਬ ਤੈਨੂੰ ਸलाम ਪੇਸ਼ਦਾ ਹਾਂ 1973 ਦਾ ਅਗਸਤ 18 ਤਾਰੀਖ ਅਸ਼ੋਕਾ ਹੋਟਲ ਤੋਂ ਫੋਨ ਆਇਆ ਮੈਂ ਪਾਕਿਸਤਾਨ ਤੋਂ ਸੁਲਾ ਦੀ ਗੱਲਬਾਤ ਕਰਨ ਆਏ ਡੈਲੀਗੇਸ਼ਨ ਦਾ ਇੱਕ ਮੈਂਬਰ ਬੋਲ ਰਿਹਾ ਹਾਂ ਰੋਟੀ ਖਾਂਦੀ ਪਈ ਸੀ ਗਰਾਹੀ ਹੱਥ ਵਿੱਚ ਹੀ ਰਹਿ ਗਈ ਮਨ ਦੀਆਂ ਖੋਹਾਂ ਤੱਕ ਰੱਜ ਆ ਗਿਆ ਘੜੀ ਵੱਲ ਵੇਖਣ ਲੱਗ ਪਈ ਹੁਣੇ ਅੱਧੇ ਘੰਟੇ ਨੂੰ ਉਸ ਫੋਨ ਵਾਲੇ ਚੰਗੇ ਆਦਮੀ ਨੇ ਸਜਾਦ ਦਾ ਖਤ ਤੇ ਉਹਦੀ ਭੇਜੀ ਹੋਈ ਇੱਕ ਕਿਤਾਬ ਆ ਕੇ ਦੇਣੀ ਸੀ ਅੱਧੇ ਘੰਟੇ ਪਿੱਛੋਂ ਆਉਣ ਵਾਲੇ ਨੂੰ ਲੈਂਪ ਸ਼ੇਡ ਉੱਤੇ ਪੇਂਟ ਕੀਤਾ ਹੋਇਆ ਫੈਜ਼ ਦਾ ਸ਼ੇਅਰ ਵਿਖਾਇਆ ਤੇ ਲਾਇਬ੍ਰੇਰੀ ਦੀਆਂ ਅਲਮਾਰੀਆਂ ਉੱਤੇ ਪੇਂਟ ਕੀਤਾ ਹੋਇਆ ਕਾਸਮੀ ਦਾ ਸ਼ੇਅਰ ਆਖਿਆ ਐਸ ਵਾਰੀ ਸੁਲਾ ਦੀ ਗੱਲਬਾਤ ਨੂੰ ਨੇਪਰੇ ਚਾੜ ਕੇ ਜਾਣਾ ਉਹਨਾਂ ਦੇਸਾਂ ਵਿੱਚ ਕਾਦੀ ਦੁਸ਼ਮਣੀ ਜਿਨ੍ਹਾਂ ਦੇ ਸ਼ੇਰ ਇੱਕ ਦੂਜੇ ਦੇ ਘਰਾਂ ਦੀਆਂ ਕੰਧਾਂ ਉੱਤੇ ਬੈਠੇ ਹੋਏ ਨੇ ਪਿਆਰਾ ਜਿਹਾ ਜਵਾਬ ਮਿਲਿਆ ਇਨਸ਼ਾਅੱਲਾ ਜ਼ਰੂਰ ਸੁਲਾਹ ਹੋਵੇਗੀ ਤੇ ਉਸ ਚੰਗੇ ਕਸਦ ਦੇ ਜਾਣ ਪਿੱਛੋਂ ਖਤ ਖੋਲਿਆ ਅੱਖਰਾਂ ਦਾ ਜਾਦੂ ਵੇਖਿਆ ਜੋ ਕਾਲੀ ਸਿਹਾਈ ਵਿੱਚ ਨਹਾ ਕੇ ਸੁਨਹਿਰੀ ਹੋ ਗਏ ਜੱਬ ਦੇ ਸਨ ਐਮੀ ਤੈਨੂੰ ਖਤ ਭੇਜਣ ਦਾ ਮੌਕਾ ਖੁੰਝਾਇਆ ਨਹੀਂ ਜਾ ਸਕਦਾ ਜਦੋਂ ਵੀ ਕੋਈ ਮਿਹਰਬਾਨ ਦਿਲ ਦਾ ਬੰਦਾ ਸਰਹੱਦ ਨੂੰ چیرਣ ਲੱਗਦਾ ਹੈ ਮੇਰਾ ਪਿਛਲਾ ਖੱਤ ਤੈਨੂੰ ਰੂਮ ਤੋਂ ਪੋਸਟ ਹੋਇਆ ਸੀ ਉਹ ਇੱਕ ਉਸ ਦੋਸਤ ਨੇ ਕੀਤਾ ਸੀ ਜੋ ਸਾਡੇ ਪਹਿਲੇ ਪ੍ਰੈਜ਼ੀਡੈਂਟ ਨਾਲ ਉਥੇ ਗਿਆ ਸੀ ਮੈਨੂੰ ਉਮੀਦ ਹੈ ਮਿਲ ਗਿਆ ਹੋਵੇਗਾ ਐਸ ਵਾਰੀ ਇੱਕ ਅਜਿਹਾ ਸਬਬ ਹੈ ਕਿ ਇਹ ਖੱਤ ਸ਼ਾਇਦ ਤੈਨੂੰ ਦਸਤੀ ਪਹੁੰਚਾਇਆ ਜਾ ਸਕੇ ਇਹਨੂੰ ਲਿਆਉਣ ਵਾਲਾ ਮੇਰਾ ਇੱਕ ਪਿਆਰਾ ਦੋਸਤ ਹੈ ਉਹ ਸ਼ਾਇਦ ਤੈਨੂੰ ਮਿਲਣਾ ਵੀ ਸੰਭਵ ਬਣਾ ਲਵੇ ਮੈਂ ਤੈਨੂੰ ਵੇਖਣਾ ਚਾਹੁੰਦਾ ਹਾਂ ਇਨਾ ਕਿ ਭਾਵੇਂ ਇੱਕ ਇਤਬਾਰੀ ਦੋਸਤ ਦੀਆਂ ਅੱਖਾਂ ਨਾਲ ਹੀ ਵੇਖਾਂ ਮੈਂ ਉਹਨੂੰ ਆਖਿਆ ਹੈ ਫੋਨ ਕਰੇ ਪੁੱਛੇ ਕਿ ਮੁਲਾਕਾਤ ਸੰਭਵ ਹੋ ਸਕਦੀ ਹੈ ਜੇ ਹੋ ਜਾਵੇ ਤਾਂ ਉਹ ਜਦੋਂ ਵਾਪਸ ਆਵੇਗਾ ਮੈਂ ਉਹਨੂੰ ਕਿੰਨਾ ਚਿਰ ਕਈ ਸਵਾਲ ਪੁੱਛਦਾ ਰ੍ਹਾਂਗਾ ਉਹ ਕਿੰਜ ਲੱਗਦੀ ਸੀ ਉਹਨੇ ਕਿਹੋ ਜਿਹੇ ਕੱਪੜੇ ਪਾਏ ਹੋਏ ਸਨ ਹੱਸੀ ਸੀ ਮੇਰੇ ਬਾਰੇ ਉਹਨੇ ਕੀ ਕਿਹਾ ਉਹ ਅਜੇ ਵੀ ਉਸੇ ਤਰ੍ਹਾਂ ਹੈ ਇੱਕ 100 ਸਵਾਲ ਉਹ ਖੁਸ਼ਕਿਸਮਤ ਹੈ ਮੈਂ ਇੱਕ ਉੱਡਦੇ ਪੰਲ ਦੇ ਮੇਲ ਲਈ ਵੀ ਤਰਹਾਇਆ ਹਾਂ ਖਲੀਲ ਜਬਰਾਨ ਨੇ ਜਦੋਂ ਆਖਿਆ ਸੀ ਜ਼ਿੰਦਗੀ ਦਾ ਮਕਸਦ ਜ਼ਿੰਦਗੀ ਦੇ ਭੇਤਾਂ ਤੱਕ ਪਹੁੰਚਣਾ ਹੈ ਤੇ دیਵਾਨਗੀ ਇਸ ਦਾ ਇੱਕੋ ਇੱਕ ਰਾਹ ਹੈ ਸੋਚ ਰਹੀ ਸਾਂ ਉਦੋਂ ਸੱਜਾਦ ਦਾ ਨਾਂ ਖਲੀਲ ਜਬਰਾਨ ਹੁੰਦਾ ਸੀ ਮੈਨੂੰ ਆਪਣੀ دیਵਾਨਗੀ ਉੱਤੇ ਮਾਣ ਹੈ ਪਰ ਉਹ دیਵਾਨਗੀ ਵੀ ਸੱਜਾਦ ਦੀ دیਵਾਨਗੀ ਸਾਹਮਣੇ ਸਜਦੇ ਵਿੱਚ ਝੁਕੀ ਹੋਈ ਹੈ ਤੁਸੀਂ ਸੁਣ ਰਹੇ ਸੀ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਰਸੀਦੀ ਟਿਕਟ ਦਾ ਪੰਜੀਵਾ ਪਾਗ ਸਜਾਦ ਹੈਦਰ ਅੱਜ ਇੰਨਾ ਹੀ ਰੱਬ ਰਾਖਾ